ਪ੍ਰੋਗਰਾਮ ਅਖਬਾਰਾਂ ਦੀ رائے ਮੈਂ ਹਾਂ ਪਰਮਵੀਰ ਔਰ ਮੇਰੇ ਨਾਲ ਨੇ ਚਰਨਜੀਤ ਜੋਗੀ ਜੀ ਇਹੋ ਜੀਆਂ ਖਬਰਾਂ ਜਿਨ੍ਹਾਂ ਤੇ ਸਾਡੀ ਨਜ਼ਰ ਨਹੀਂ ਪੈਂਦੀ ਕਿਉਂਕਿ ਖਬਰਾਂ ਅਸੀਂ ਹਰ ਰੋਜ਼ ਵੀਰੇ ਅਖਬਾਰ ਚ ਪੜਦੇ ਹਾਂ ਹੈਡਲਾਈਨਸ ਪੜ ਲੈਂਦੇ ਆ ਪਰ ਕਈ ਡੂੰਘੀਆਂ ਖਬਰਾਂ ਕਿਤੇ ਨਾ ਕਿਸੇ ਕੋਨੇ ਦੇ ਵਿੱਚ ਕੋਈ ਖਬਰ ਹੁੰਦੀ ਉੱਥੇ ਤੱਕ ਨਜ਼ਰ ਨਹੀਂ ਜਾਂਦੀ ਪਰ ਸਾਡੀ ਨਜ਼ਰ ਜਰੂਰ ਜਾਂਦੀ ਆ ਕਿਉਂ ਜੋਗੀ ਜੀ ਬਿਲਕੁਲ ਜੀ ਪਰਮਵੀਰ ਕਿਉਂਕਿ ਅਖਬਾਰ ਅਸੀਂ ਜਦੋਂ ਪੜਦੇ ਆ ਨਾ ਉਦੇ ਉੱਪਰ ਆਪਾਂ ਸਤਸਰੀ ਨਜ਼ਰ ਮਾਰ ਰਹੇ ਹਾਂ ਕਈ ਵਾਰ ਅਸੀਂ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਪੜ੍ਹਦੇ ਹਾਂ ਆਮ ਤੌਰ ਤੇ ਬੰਦਾ ਜਿਹੜਾ ਇੱਥੇ ਦੁਨੀਆ ਤੇ ਆਇਆ ਨਾ ਉਹ ਹਰ ਇੱਕ ਚੀਜ਼ ਨੂੰ ਆਪਣੇ ਹਿਸਾਬ ਦੇ ਨਾਲ ਲੈਂਦਾ ਪਰ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਤੇ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਆਮ ਤੌਰ ਤੇ ਜਦੋਂ ਕੋਈ ਮੌਸਮ ਵਿਭਾਗ ਦਾ ਕੋਈ ਅਲਰਟ ਆਉਂਦਾ ਤੇ ਅਸੀਂ ਡਰ ਜਾਂਦੇ ਵੀ ਪਤਾ ਨਹੀਂ ਕੀ ਹੋ ਜਾਣਾ ਵੈਸੇ ਸਿਰਫ ਉਹ ਤੁਹਾਨੂੰ ਸੁਚੇਤ ਕਰਨ ਵਾਸਤੇ ਹੁੰਦਾ ਅਖਬਾਰਾਂ ਦੀਆਂ ਸੁਰਖੀਆਂ ਵੀ ਤੁਹਾਨੂੰ ਸੁਚੇਤ ਕਰ ਇਹ ਇਹ ਕਰਨ ਲੱਗ ਪਈਆਂ ਨੇ ਕਿ ਹੁਣ ਮੌਸਮ ਜਿਹੜਾ ਉਹ ਆਪਣੇ ਹਿਸਾਬ ਦੇ ਨਾਲ ਜੋ ਹੋਣਾ ਚਾਹੀਦਾ ਉਸ ਹਿਸਾਬ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੱਤਾ ਹੋ ਜਾਣਾ ਗਰਮ ਹੋ ਜਾਣਾ ਲੂਹਾ ਵੀ ਵਗਣੀ ਹੈ ਜੀ ਪਹਿਲਾਂ ਤਾਂ ਇਹ ਮੌਸਮ ਰਿਹਾ ਨਾ ਕੀ ਜਿਹੜੀ ਠੰਡ ਸੀਗੀ ਉਹ ਜਾਣਾ ਨਹੀਂ ਸੀ ਚਾਹੁੰਦੀ ਹੂੰ ਗਰਮੀ ਵਿਚਾਰੀ ਆਉਣਾ ਚਾਹੁੰਦੀ ਸੀ ਉਸ ਤੋਂ ਪਹਿਲਾਂ ਬਰਸਾਤ ਆ ਜਾਂਦੀ ਸੀਗੀ ਬਰਸਾਤ ਆ ਜਾਂਦੀ ਸੀ ਤੇ ਉਹ ਫਿਰ ਵਿਚਾਰੇ ਆਪਸ ਦੇ ਵਿੱਚ ਨਾ ਕਨਫਿਊਜ਼ ਸੀਗੀ ਕਨਫਿਊਜ਼ ਸੀ ਤੇ ਖੈਰ ਹੁਣ ਮੌਸਮ ਵਿਭਾਗ ਨੇ ਇਹ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫਿਲਹਾਲ ਹਾਲੇ ਵੀ ਜਿਹੜੀਆਂ ਹਨੇਰੀਆਂ ਚਲਦੀਆਂ ਰਹਿਣਗੀਆਂ ਹੂੰ 30 ਤੋਂ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਜਿਹੜੀਆਂ ਹਵਾਵਾਂ ਚੱਲਣਗੀਆਂ ਪਰ ਇੰਨੀ ਗੱਲ ਵੀ ਜ਼ਰੂਰ ਹੈ ਕਿ ਮੌਸਮ ਦਾ ਜੋ ਅਸਲ ਰੰਗ ਆ ਉਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੰਨਣਾ ਪੈ ਸਕਦਾ ਗਰਮੀ ਅਤ ਦੀ ਹੋਣੀ ਹੈ ਜਿੱਥੇ ਪਾਰਾ ਜਿਹੜਾ 45 ਡਿਗਰੀ ਤੱਕ ਪਹੁੰਚਣਾ ਹੈ ਇਹਦਾ ਮਤਲਬ ਕਿ ਆਪਾਂ ਪੌਪਕਾਰਨ ਬਣਨਾ ਹੈ ਪੌਪਕਾਰਨ ਬਣਨਾ ਹੈ ਹੁਣ ਬਣਨਾ ਵੀ ਕਦੋਂ ਹੈ ਹੈ ਨਾ ਮਈ ਦਾ ਮਹੀਨਾ ਆ ਤੇ ਆਪਾਂ ਸੋਚੀ ਜਾਂਦੇ ਆ ਗਰਮੀ ਕਦੋਂ ਆਣੀ ਗਰਮੀ ਕਦੋਂ ਆਣੀ ਉਡੀਕ ਵੀ ਬੜੀ ਹੁੰਦੀ ਹੈ ਪੰਜਾਬੀਆਂ ਨੂੰ ਗਰਮੀ ਨਹੀਂ ਆਈ ਸਰਦੀ ਨਹੀਂ ਆਈ ਤੇ ਅਕਸਰ ਹੁਣ ਗਰਮੀ ਆਣੀ ਹੈ ਜੂਨ ਦਾ ਮਹੀਨਾ ਆਉਣ ਵਾਲਾ ਹੈ ਔਰ ਆ ਪਿੱਛੇ ਪਿਛਲੇ ਦਿਨੀ ਜਦੋਂ ਬਰਸਾਤਾਂ ਹੋਈਆਂ ਤੇ ਲੋਕ ਤਾਂ ਜਿਹੜੇ ਅੱਜ ਕੱਲ ਮੈਸੇਜ ਬਣਾ ਕੇ ਰੱਬ ਨੂੰ ਵੀ ਮੈਸੇਜ ਪਾਉਣ ਲੱਪੇ ਰੱਬਾ ਹੁਣ ਦੱਸ ਦੇ ਸਵੈਟਰ ਰੱਖੀਏ ਕਿ ਨਾ ਰੱਖੀਏ ਗੱਲ ਇਹ ਕਿ ਹੁਣ ਸੱਚੀ ਮੁਚੀ ਜਿਹੜੇ ਸਵੈਟਰ ਆ ਉਹਨਾਂ ਵੱਲ ਦੇਖ ਕੇ ਤੁਹਾਨੂੰ ਜਿਹੜੇ ਪਸੀਨੇ ਜੇ ਆਉਣੇ ਆ ਤੇ ਮੌਸਮ ਤੋਂ ਬਾਅਦ ਅਸੀਂ ਇੱਕ ਹੋਰ ਗੱਲ ਕਰ ਲਈਏ ਕਿ ਜਹਾਜ਼ ਦਾ ਸਫ਼ਰ ਜਿਹੜਾ ਉਹ ਅਖਬਾਰ ਦੀ ਇੱਕ ਸੁਰਖੀ ਬਣੀ ਹੈ ਜਹਾਜ਼ ਦਾ ਸਫ਼ਰ ਸਾਨੂੰ ਤੁਹਾਨੂੰ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਹੈ। ਇਸ ਸਫ਼ਰ ਦੇ ਦੌਰਾਨ ਅਸੀਂ ਬਹੁਤ ਜ਼ਿੰਦਗੀ ਦਾ ਇੱਕ ਆਨੰਦ ਮਾਣਦੇ ਹਾਂ ਔਰ ਉੱਥੇ ਹੁੰਨੇ ਆ ਸੀ ਕਿ ਜਿੱਥੇ ਸਾਡੀ ਜ਼ਿੰਦਗੀ ਦੇ ਹਰ ਇੱਕ ਦਾ ਸੁਪਨਾ ਹੁੰਦਾ ਹੈ। ਪਰ ਇਸ ਸੁਪਨੇ ਨੂੰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੈਂਡ ਲੱਗ ਜਾਣਾ ਕਿਉਂਕਿ ਸਾਡੇ ਲੋਕ ਜਿਹੜੇ ਨੇ ਇਹਨਾਂ ਜਹਾਜ਼ਾਂ ਦੇ ਸਫ਼ਰ ਦੇ ਦੌਰਾਨ ਬਹੁਤ ਸਾਰੀਆਂ ਐਸੀਆਂ ਹਰਕਤਾਂ ਕਰਦੇ ਨੇ ਕਿ ਜਿਹੜੀਆਂ ਉਹ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੁੰਦੀ। ਜੀ ਜੀ ਦੁਬਈ ਤੋਂ ਇੱਕ ਅੰਮ੍ਰਿਤਸਰ ਫਲਾਈਟ ਆ ਰਹੀ ਸੀ। ਹਮ ਉਸ ਫਲਾਈਟ ਦੇ ਵਿੱਚ ਇੱਕ ਬੰਦੇ ਨੇ ਏਅਰ ਹੋਸਟੈਸ ਦੇ ਨਾਲ ਛੇੜਖਾਨੀ ਕੀਤੀ ਬਦਸਲੂਕੀ ਕੀਤੀ ਹੁਣ ਦੇਖੋ ਇਹ ਖਬਰਾਂ ਇਹ ਅੱਜ ਦੀ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਪਰ ਉਹਨਾਂ ਖਬਰਾਂ ਤੋਂ ਹੁਣ ਸਿੱਧ ਕੀ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਜਹਾਜ਼ਾਂ ਵਾਲੇ ਨੇ ਇਹ ਪੱਕੀ ਬੈਟ ਲਾ ਦਿਆ ਕਰਨਗੇ ਕਿ ਭਾਈ ਤੂੰ ਸੀਟ ਤੋਂ ਉੱਠਣਾ ਨਹੀਂ ਕਿਉਂਕਿ ਜੇਕਰ ਸਾਡੀਆਂ ਅਜੇ ਹੀ ਗੱਲਾਂ ਬਾਤਾਂ ਰਹੀਆਂ ਅਜੇ ਹੀ ਹਰਕਤਾਂ ਰਹੀਆਂ ਤਾਂ ਸਾਨੂੰ ਸੱਚਮੁੱਚ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਹੱਥ ਪੈਰ ਬੰਨ੍ਹ ਕੇ ਸਾਨੂੰ ਸੀਟਾਂ ਤੇ ਬਿਠਾ ਦਿਆ ਕਰਨਗੇ ਕਿ ਲੈ ਭਾਈ ਜਦੋਂ ਤੂੰ ਅੰਮ੍ਰਿਤਸਰ ਉਤਰੇਗਾ ਜਾਂ ਦੁਬਈ ਉਤਰੇਗਾ ਤੈਨੂੰ ਉਦੋਂ ਹੀ ਖੋਲਾ ਨਹੀਂ ਉਦੋਂ ਹੀ ਖੋਲਾਂਗੇ ਔਰ ਦੂਸਰੀ ਗੱਲ ਇਹ ਹੈ ਵੀ ਜਿਹੜੀਆਂ ਲੜਕੀਆਂ ਸੁਪਨੇ ਦੇਖਦੀਆਂ ਆ ਉੱਥੇ ਤੱਕ ਪਹੁੰਚਦੀਆਂ ਖੜੇ ਹੋਣਾ ਚਾਹੁੰਦੀਆਂ ਉਹਨਾਂ ਦੇ ਮਾਪੇ ਵੀ ਕਿਤੇ ਨਾ ਕਿਤੇ ਇਹ ਸੋਚਣ ਤੇ ਮਜਬੂਰ ਹੋ ਜਾਣਗੇ ਕਿ ਬੱਚੀਆਂ ਨਾਲ ਬਾਹਰ ਜਾ ਕੇ ਇਹ ਕੁਝ ਹੁੰਦਾ ਆ ਅਸੁਰੱਖਿਅਤ ਮਹਿਸੂਸ ਕਰਨਗੇ ਤੇ ਸ਼ਾਇਦ ਉਹ ਨਾ ਭੇਜਣ ਇਸ ਫੀਲਡ ਦੇ ਵਿੱਚ ਜਾਂ ਕਿਸੇ ਵੀ ਫੀਲਡ ਵਿੱਚ ਚਾਹੇ ਉਹ ਜਹਾਜ਼ ਆ ਜਾਂ ਕੋਈ ਵੀ ਆਧਾਰ ਆ ਕਿਤੇ ਵੀ ਇਹੋ ਜਿਹੀ ਛੇੜਖਾਨੀ ਜਿਹੜੀ ਨਹੀਂ ਹੋਣੀ ਚਾਹੀਦੀ ਹੋਜੀ ਨਹੀਂ ਹੋਣੀ ਚਾਹੀਦੀ ਕਿਉਂਕਿ ਦੇਖੋ ਇਹ ਇਹ ਕੁੜੀਆਂ ਦੇ ਵੀ ਇੱਕ ਜਿਹੜੇ ਕਿ ਸੁਪਨਿਆਂ ਦੀ ਨਗਰੀ ਜਿਹੜੀ ਹੈ ਜਿੱਥੇ ਉਹਨਾਂ ਦਾ ਇਹ ਫਿਊਚਰ ਹੈ ਜਿਹੜਾ ਉੱਥੇ ਉਹਦੇ ਉੱਪਰ ਵੀ ਸਵਾਲੀਆ ਨਿਸ਼ਾਨ ਲੱਗਦੇ ਸੋ ਭਾਈ ਆਪਾਂ ਆਮ ਤੌਰ ਤੇ ਇਹ ਦੇਖਿਆ ਹੁਣਾ ਕਿ ਕਦੇ ਵੀ ਕਿਸੇ ਨੇ ਕੁੱਤੇ ਨੂੰ ਨਹੀਂ ਕਿਹਾ ਵੀ ਉਹ ਕੁੱਤੇ ਕੁੱਤਾ ਬਣ ਖੋਤੇ ਨੂੰ ਨਹੀਂ ਕਿਹਾ ਵੀ ਖੋਤੇ ਖੋਤਾ ਬਣ ਬੰਦੇ ਨੂੰ ਕਿਉਂ ਕਿਹਾ ਜਾਂਦਾ ਕਿ ਬੰਦਿਆ ਬੰਦਾ ਬਣਾ ਸੋ ਸਾਨੂੰ ਹੁਣ ਬੰਦੇ ਬਣਨਾ ਪਏਗਾ ਅਸੀਂ ਹਰ ਇੱਕ ਚੀਜ਼ ਦੀ ਵਰਤੋਂ ਘੱਟ ਤੇ ਦੁਰਵਰਤੋਂ ਕਰਦੇ ਆ ਇਸੇ ਕਰਕੇ ਸਾਨੂੰ ਬਹੁਤ ਸਾਰੇ ਖਮਿਆਜ਼ੇ ਜਿਹੜੇ ਆ ਭੁਗਤਣੇ ਪੈਂਦੇ ਆ ਔਰ ਇਸੇ ਕਰਕੇ ਖੈਰੇ ਜਿਹੜੀਆਂ ਬਹੁਤ ਜ਼ਰੀਆਂ ਫਲਾਈਟਾਂ ਜਿਹੜੀਆਂ ਟਿਕਟਾਂ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ ਕਿ ਬੰਦੇ ਬੰਦੇ ਹੀ ਸਫ਼ਰ ਕਰਨ ਬੰਦੇ ਬੰਦੇ ਹੀ ਸਫ਼ਰ ਕਰਨ ਬਿਲਕੁਲ ਦੇਖੋ ਅੱਜ ਜੀ ਆਪਾਂ ਜੋਗੀ ਜੀ ਪੰਜਾਬੀਆਂ ਦੀ ਗੱਲ ਕਰਦੇ ਨਾ ਪੰਜਾਬੀਆਂ ਨੂੰ ਕਹਿੰਦੇ ਕਿ ਨਿੱਕੇ ਨਿੱਕੇ ਖੁਸ਼ੀਆਂ ਹੁੰਦੀਆਂ ਪੰਜਾਬੀਆਂ ਦੀ ਨਾ ਕੋਈ ਮੁਫਤ ਚ ਕੋਈ ਚੀਜ਼ ਦੇ ਦੇਵੇ ਨਾ ਤਾਂ ਬੰਦਾ ਖੁਸ਼ ਹੋ ਜਾਂਦਾ ਕਿ ਹਾਂ ਸਾਨੂੰ ਫਰੀ ਚ ਚੀਜ਼ ਮਿਲ ਗਈ ਹੈ ਮੈਂ ਕਹਾਂ ਜੀ ਫਰੀ ਦੀ ਤਾਂ ਕੋਈ ਜ਼ਹਿਰ ਨਹੀਂ ਛੱਡਦੇ ਜੀ ਹੁਣ ਜੇਕਰ ਫਰੀ ਦੀ ਗੱਲ ਚੱਲੀ ਆ ਤੇ ਫਰੀ ਦੀ ਗੱਲ ਇਹ ਹੈ ਕਿ ਫਰੀ ਚੀਜ਼ਾਂ ਖਾਣ ਵਾਲਿਆਂ ਦੇ ਲਈ ਇੱਕ ਝਟਕਾ ਵੀ ਹੈਗਾ ਸਰਕਾਰ ਵੱਲੋਂ ਜਿਹੜੀ ਬਿਜਲੀ ਆ ਉਹ ਅੱਜ ਤੋਂ ਹੀ ਮਹਿੰਗੀ ਕਰ ਦਿੱਤੀ ਆ ਉਹ ਲੈ 56 ਪੈਸੇ ਜਿਹੜੀ ਆ ਬਿਜਲੀ ਉਹ ਮਹਿੰਗੀ ਹੋ ਗਈ ਆ ਪਰ ਸਰਕਾਰ ਦੇ ਨਾਲ ਦੀ ਨਾਲ ਇਹ ਵੀ ਕਹਤਾ ਕਿ ਇਹ ਕੋਈ ਗੱਲ ਨਹੀਂ ਜੀ ਉਹਦਾ ਖਰਚਾ ਸੀ ਤੁਹਾਡੇ ਤੇ ਨਹੀਂ ਪੈਣ ਦਿੰਦੇ ਹੂੰ ਤੇ ਜੇਕਰ ਸਾਡੇ ਤੇ ਨਹੀਂ ਖਰਚਾ ਪੈਣਾ ਫਿਰ ਪੈਣਾ ਕਿਹਦੇ ਤੇ ਪੈਣਾ ਕਿਤੇ ਗਵਾਂਢੀ ਮੁਲਕ ਦੇ ਨਾ ਪਾਦਣ ਸੋਚੀ ਸਾਨੂੰ ਇਹ ਜਿਹੜੀਆਂ ਫ੍ਰੀ ਦੀਆਂ ਚੀਜ਼ਾਂ ਇਹ ਅਸੀਂ ਮਤ ਸੋਚੀਏ ਕਿ ਸਾਨੂੰ ਫ੍ਰੀ ਮਿਲ ਰਹੀਆਂ ਇਹ ਕਿਤੇ ਨਾ ਕਿਤੇ ਹੁਣ ਜਿੱਦਾਂ ਉਹ ਪ੍ਰਾਣੀਕ ਅਖਾਨ ਆ ਇਹ ਭਾਈ ਚਾਹੇ ਸਰ ਇੱਧਰ ਗੱਲ ਆ ਚਾਹੇ ਸਰ ਇੱਧਰ ਗੱਲ ਆ ਕੰਨ ਇੱਧਰੋਂ ਫੜਲਾ ਚਾਹੇ ਕੰਨ ਉਧਰੋਂ ਫ ਹਾਂ ਤੋ ਲੱਕ ਤੁਹਾਡਾ ਜਿਹੜਾ ਉਹ ਗੱਭੇ ਰਹਿਣਾ ਸੋ ਇਸ ਕਰਕੇ ਖਰਚੇ ਜਿਹੜੇ ਆ ਉਹ ਸਾਡੇ ਸਾਰੇ ਪੈਣੇ ਆ ਤੇ ਚਾਹੇ ਅਸੀਂ ਉਹਨੂੰ ਫ੍ਰੀ ਦੇ ਵਿੱਚ ਵਰਤੀਏ ਤੇ ਚਾਹੇ ਜਿੱਦਾਂ ਮਰਜ਼ੀ ਇਹ ਭਾਰ ਸਾਡੇ ਤੇ ਹੀ ਪੈਣਾ ਸਾਡੇ ਤੇ ਹੀ ਪੈਣਾ ਆ ਔਰ ਜਿਹੜੀ ਤੁਸੀਂ ਛਟਕੇ ਦੀ ਗੱਲ ਕੀਤੀ ਨਾ ਛਟਕਾ ਤੇ ਉਦੋਂ ਵੀ ਲੱਗਦਾ ਸੀ ਜਦੋਂ ਪਤਾ ਲੱਗਦਾ ਸੀ ਕਿ ਗਵਾਂਡੀਆਂ ਦਾ ਬਿੱਲ ਜ਼ੀਰੋ ਆਇਆ ਤੇ ਸਾਡਾ ਆ ਗਿਆ 15000 ਹਾਂ ਇਹ ਸਭ ਤੋਂ ਵੱਡਾ ਛਟਕਾ ਹੁੰਦਾ ਦੇਖੋ ਕਿਤੇ ਕੋਈ ਸਾਡਾ ਕੋਈ ਨੈਟ ਖਰਾਬ ਹੋ ਜਵੇ ਤੇ ਜਾਂ ਸਾਡੀ ਲਾਈਟ ਚੱਲ ਜਵੇ ਸਾਨੂੰ ਸਭ ਤੋਂ ਵੱਡੀ ਸੰਤੁਸ਼ਟੀ ਸਾਡੇ ਦਿਲ ਨੂੰ ਤਰਵਾਸ ਪਤਾ ਕਦੋਂ ਲੱਗਦੀ ਹੈ ਜਦੋਂ ਅਸੀਂ ਕੋਠੇ ਚੜ੍ਹ ਕੇ ਦੇਖਦੇ ਕਿ ਗਵਾਂਡੀਆਂ ਦੇ ਵੀ ਬੰਦਈ ਆ ਬਿਲਕੁਲ ਸਹੀ ਸੋ ਗੱਲ ਇਹ ਕੋਹਰ ਕਰਦੇ ਆ ਆਪਾਂ ਆਮ ਤੌਰ ਤੇ ਇਹ ਸਾਰਿਆਂ ਨੂੰ ਕਹਿੰਦੇ ਸੁਣਿਆ ਹੈ ਜੀ ਕਿ ਭਾਈ ਜਿਹੜੇ ਸੇਬ ਖਾਣੇ ਹਨ ਬੜੇ ਚੰਗੇ ਆ ਹਮ ਔਰ ਇਹ ਰੋਜ਼ ਇੱਕ ਸੇਬ ਖਾਓ ਤੇ ਡਾਕਟਰ ਦੇ ਕੋਲ ਨਾ ਜਾਓ ਹੈਨਾ ਪਰ ਹੁਣ ਜੇਕਰ ਦੇਖਿਆ ਜਾਵੇ ਇਸੇ ਚੀਜ਼ ਨੂੰ ਜੀ ਇਹ ਡਾਕਟਰਾਂ ਨੇ ਵਿਗਿਆਨੀਆਂ ਨੇ ਇੱਕ ਖੋਜ ਕੱਢੀ ਨਵੀਂ ਕਾੜ ਕੱਢੀ ਅਖਬਾਰ ਦੀ ਕੋ ਸੁਰਖੀ ਬਣੀ ਆ ਅੱਛਾ ਜੀ ਉਹਦੇ ਵਿੱਚ ਕਹਿੰਦੇ ਜਿਹੜੇ ਕੋਲੇਸਟ੍ਰੋਲ ਆ ਉਹਨੂੰ ਤੁਸੀਂ ਜੇਕਰ ਕਾਬੂ ਦੇ ਵਿੱਚ ਕਰਨਾ ਹਮ ਤਾਂ ਉਹਦੇ ਵਾਸਤੇ ਤੁਸੀਂ ਦੋ ਸੇਮ ਡੇਲੀ ਖਾਓ। ਅੱਛਾ ਜੀ। ਤੇ ਤੁਹਾਡਾ ਕੋਲੇਸਟ੍ਰੋਲ ਜਿਹੜਾ ਹੈਗਾ ਉਹ ਬਿਲਕੁਲ ਕੰਟਰੋਲ ਦੇ ਵਿੱਚ ਹੋ। ਦਵਾਈ ਖਾਣ ਦੀ ਲੋੜ ਨਹੀਂ ਦੋ ਸੇਬ ਖਾ ਲੋ। ਮੈਂ ਕਹਾਂ ਜੀ ਕਮਾਲ ਹੋ ਗਈ ਔਰ ਦੋ ਸੇਬ ਖਾਓ ਤੇ ਦਵਾਈਆਂ ਤੋਂ ਬਚੋ। ਦਵਾਈਆਂ ਤੋਂ ਬਚੋ ਬਿਮਾਰੀਆਂ ਭਜਾਓ ਔਰ ਜੇ ਤੁਸੀਂ ਸੇਬਾਂ ਦੀ ਗੱਲ ਕਰਦੇ ਆ ਦੋ ਸੇਬ ਖਾਣੇ ਵੀ ਅੱਜਕੱਲ ਬਹੁਤ ਮਹਿੰਗੇ ਪੈਂਦੇ ਆ ਕਿਉਂਕਿ ਮੈਂ ਨਾ ਪਿਛਲੇ ਦਿਨੋਂ ਗਈ ਆ ਫਰੂਟਾਂ ਵਾਲੇ ਕੋਲ ਤੇ ਸੇਬ ਲਈ 200 ਰੁਪਏ ਕਿਲੋ। ਹਫਤੇ ਬਾਅਦ ਦੁਬਾਰਾ ਗਈ 200 ਰੁਪਏ ਦੇ ਹਿਸਾਬ ਨਾਲ ਮੈਂ ਉਹਨੂੰ ਪੈਸੇ ਦਿੱਤੇ ਕਹਿੰਦਾ ਮੈਡਮ ਜੀ 280 ਰੁਪਏ ਹੋ ਗਏ ਆ। ਮੈਂ ਕਹਾਂ ਹਫਤੇ ਵਿੱਚ ਹੀ ਰੇਟ ਵ ਦੇਖੋ ਗੱਲ ਇਹ ਆ ਜੀ 250 ਰੁਪਏ ਕਿਲੋ ਸੇਬ ਲੈ ਕੇ ਆਉ। ਜੀ 250 ਰੁਪਏ ਦੇ ਵਿੱਚ ਸੇਬ ਤਾਂ ਪੰਜ ਹੀ ਚੜਦੇ। ਬਿਲਕੁਲ ਹਨਾ ਜੀ ਤੇ 50 ਰੁਪਏ ਦੇ ਇੱਕ ਸੇਬ ਹੋਇਆ ਤੇ 100 ਦੇ ਦੋ ਹੋਗਾ। ਦੋ ਹੋਗੇ ਤੇ 100 ਰੁਪਏ ਡੇਲੀ ਖਾਊਗਾ ਤੇ 3000 ਰੁਪਏ ਉਹਦਾ ਮਹੀਨਾ ਵਿਚ ਦਾ ਗਿਆ। ਜੀ ਤੇ ਇਹਦੇ ਨਾਲੋਂ ਚੰਗਾ ਨਹੀਂ ਕਿ 30 ਰੁਪਏ ਦੇ ਦਵਾਈ ਦਾ ਇੱਕ ਪੱਤਾ ਹੀ ਖਾ ਲਦੇ। ਨਹੀਂ ਪਰ ਜਿਹੜਾ ਪੱਤਾ ਹੈ ਉਹ ਨੁਕਸਾਨਦੇ ਹੀ ਆ ਸੇਬ ਜਿਹੜੇ ਨੁਕਸਾਨਦੇ ਆ ਪਰ ਚੱਕਰੇ ਆ ਨਾ ਕਿ ਅੱਜ ਸਾਡਾ ਜਿਹੜਾ ਸਾਰਾ ਜੋ ਵਾਤਾਵਰਨ ਜੋ ਆਲਾ ਦਵਾਲਾ ਆ ਉਹ ਇੰਨਾ ਕੁ ਪਲੀਤ ਹੋ ਚੁੱਕਾ ਹੈ ਕਿ ਸਾਨੂੰ ਹਰ ਇੱਕ ਬੰਦੇ ਨੂੰ ਸਵੇਰੇ ਉੱਠ ਕੇ ਦਵਾਈਆਂ ਦਾ ਫੱਕਾ ਮਾਰਨਾ ਪੈਣਾ ਪੈਂਦਾ ਕੋਈ ਸਮਾਂ ਹੁੰਦਾ ਸੀ ਕਿ ਸਾਡੇ ਜਦੋਂ ਪੰਜਾਬ ਦੇ ਲੋਕ ਜਾਗਦੇ ਸੀ ਉਸ ਵੇਲੇ ਉਹ ਮਧਾਨੀਆਂ ਦੇ ਘੰਮ ਘੰਮ ਦੇ ਨਾਲ ਜਾਗਦੇ ਸੀ ਉਸ ਬਿਲੇ ਉਹ ਧ੍ਰੜਕਾ ਪੀ ਕੇ ਖੇਤਾਂ ਦੇ ਵਿੱਚ ਜਾਂਦੇ ਹੁੰਦੇ ਸੀ ਦੋ-ਦੋ ਤਿੰਨ-ਤਿੰਨ ਘੰਟੇ ਉਹ ਲੱਗੇ ਰਹਿੰਦੇ ਹੁੰਦੇ ਸੀ ਪਰ ਉਹਨਾਂ ਦਾ ਕਦੇ ਵੀ ਕਿਸੇ ਦਵਾਈ ਨੂੰ ਕੋਈ ਮੂਹ ਨਹੀਂ ਸੀ ਪੈਂਦਾ ਤੇ ਅੱਜ ਕੱਲ ਦਵਾਈ ਖਾਦੇ ਬਿਨਾ ਆਪਾਂ ਉੱਠਦੇ ਨਹੀਂ ਕਿਉਂਕਿ ਅਸੀਂ ਸਾਰਾ ਕੁਝ ਖਰਾਬ ਕਰ ਦਿੱਤਾ ਇਹਦੇ ਕਰਕੇ ਹੁਣ ਸਰਕਾਰੀ ਤੌਰ ਤੇ ਪ੍ਰਾਈਵੇਟ ਤੌਰ ਤੇ ادارے ਵੀ ਸੁਚੇਤ ਹੋ ਗਏ ਜੀ ਇੱਕ ਪਾਰਕ ਪੁਬਨੇਸ਼ਵਰ ਦੇ ਵਿੱਚ ਆ ਹੂੰ ਨੰਦਨ ਪਾਰਕ ਅੱਛਾ ਜੀ ਉਹਦੇ ਵਿੱਚ ਇੱਕ ਉਹਨਾਂ ਨੇ ਬੜੀ ਵਧੀਆ ਇੱਕ ਨਵੀਂ ਕੀ ਕਿਹਾ ਜਾਂਦੇ ਆ ਇੱਕ ਨੀਤੀ ਅਪਣਾਈ ਹੂੰ ਕਿ ਅਸੀਂ ਪ੍ਰਦੂਸ਼ਣ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੂੰ ਹੂੰ ਅਸੀਂ ਕਿਸੇ ਵੀ ਤਰ੍ਹਾਂ ਦਾ ਹੂੰ ਇੱਥੇ ਕੋਈ ਗੰਦ ਨਹੀਂ ਪੈਣ ਦੇਣਾ ਹੂੰ ਹੂੰ ਉਸ ਜੰਗਲ ਨੂੰ ਸਾਫ ਕਰਨ ਦੇ ਵਾਸਤੇ ਜਿਹੜੇ ਲੋਕ ਆਉਂਦੇ ਉਥੇ ਘੁੰਮਣ ਫਿਰਨ ਤੁਹਾਡੇ ਮੇਰੇ ਵਰਗੇ ਸੈਲਾਨੀ ਉਹਨਾਂ ਦੇ ਵਾਸਤੇ ਜੇਕਰ ਕੋਈ ਸਿਰੇ ਕੋਈ ਪਾਣੀ ਦੀ ਬੋਤਲ ਲੈਣੀ ਕੋਈ ਜੂਸ ਦੀ ਬੋਤਲ ਲੈਣੀ ਉਹਦੇ ਰੇਟ ਹੈਗਾ 20 ਰੁਪਏ ਅੱਛਾ ਜੀ 20 ਰੁਪਏ ਰੇਟ ਰੱਖਿਆ ਤੇ ਉਸ 20 ਰੁਪਏ ਰੇਟ ਤੋਂ ਬਾਅਦ ਉਹਨਾਂ ਨੂੰ ਇੱਕ 50 ਰੁਪਏ ਦਾ ਉਸ ਬੋਤਲ ਦੇ ਉੱਪਰ ਸਟicker ਲਗਵਾਉਣਾ ਪੈਂਦਾ ਉਹ ਕਿਉਂ ਉਹ ਸਿਕਿਉਰਿਟੀ ਹੈ अच्छा जी हां वो सिक्योरिटी है कि भाई ਤੁਸੀਂ ਇਹ ਪਾਣੀ ਇਹ ਜੂਸ ਤੁਸੀਂ ਪੀ ਲਓ ਆਪਣੇ ਸਫਰ ਦੇ ਦੌਰਾਨ ਘੁੰਮਦੇ ਆ ਘਮਾਉਂਦੇ ਆ ਪਰ ਇਹ ਨਹੀਂ ਵੀ ਜਿੱਥੇ ਜੀ ਕਰਦਾ ਉੱਥੇ ਸੁੱਟ ਦਿੱਤੀ ਹਾਂ ਉਹ ਉਹ ਕਹਿੰਦੇ ਕਿ ਤੁਸੀਂ ਇਹ 50 ਰੁਪਏ ਦਾ ਸਟicker ਜਿਹੜਾ ਆ ਇਹ ਇਸ ਕਰਕੇ ਲਾਇਆ ਕਿ ਬੋਤਲ ਇਹ ਆ ਕੇ ਸਾਨੂੰ ਦਿਓ ਤੇ 50 ਰੁਪਏ ਅਸੀਂ ਤੁਹਾਨੂੰ ਵਾਪਸ ਕਰ ਦੇ ਜੀ ਸਬਸਿਡੀ ਜਾਂ ਸਿਕਿਉਰਿਟੀ ਕਹਿ ਸਕਦੇ ਹੋ ਸਿਕਿਉਰਿਟੀ ਕਹਿੰਦੇ ਆਪਾਂ ਔਰ ਤੁਹਾਨੂੰ ਸ਼ਾਇਦ ਮੇਰੇ ਖਿਆਲ ਤੁਸੀਂ ਉਹ ਵਕਤ ਹੰਡਾਇਆ ਕਿ ਨਹੀਂ ਹੰਡਾਇਆ ਮੈਂ ਤੇ ਹੰਡਾਇਆ ਹੂੰ ਉਨਾ ਸਮੇਂ ਦੇ ਵਿੱਚ ਨਾ ਸੀ ਕੋਲ ਡਰਿੰਕ ਨੂੰ ਸੌਫਟ ਡਰਿੰਕ ਨੂੰ ਅਸੀਂ ਬੱਤਾ ਕਹਿੰਦੇ ਹੁੰਦੇ ਸੀ ਬੱਤਾ ਕਹਿੰਦੇ ਹੁੰਦੇ ਸੀ ਹਨਾ ਉਹ ਕਈ ਘੰਟੇ ਵਾਲੀਆਂ ਘੰਟੇ ਵਾਲੀ ਬੋਤਲ ਉਹ ਵੀ ਹੁੰਦੀ ਸੀ ਪੀਤੀਆਂ ਮੈਂ ਵੀ ਬਸ ਠੀਕ ਆ ਲਿਆਂਦੀਆਂ ਹੈ ਬਾਜ਼ਾਰੋਂ ਲਿਆਂਦੀਆਂ ਵਾਪਸ ਵੀ ਕਰਕੇ ਆਉਂਦੀਆਂ ਬਸ ਇਹ ਉਹੀ ਸਿਸਟਮ ਆ ਇਹ ਇੰਨਾ ਪੁਰਾਣਾ ਸਿਸਟਮ ਕਿ ਜਦੋਂ ਅਸੀਂ ਉਹ ਬੋਤਲ ਲੈਣ ਜਾਂਦੇ ਹੁੰਦੇ ਸੀ 5 ਜਾਂ 10 ਰੁਪਏ ਦੇ ਵਿੱਚੋਂ ਉਹ 3-4 ਰੁਪਏ ਰੱਖ ਲੈ ਜਾਂਦੇ ਹੁੰਦੇ ਸੀ ਰੱਖ ਲੈਂਦੇ ਹੁੰਦੇ ਸੀ ਹੋਰ ਰੱਖਦੇ ਹੁੰਦੇ ਸੀ ਤੇ ਸਾਨੂੰ ਆੜਾ ਸਾਡੇ ਘਰ ਦੇ ਕਹਿੰਦੇ ਹੁੰਦੇ ਸੀ ਕਿ ਭਾਈ ਇਹ ਬੋਤਲ ਕਿਤੇ ਟੁੱਟ ਨਾ ਜਾਵੇ ਟੁੱਟ ਨਾ ਜਾਵੇ ਹਾਲੇ ਉੱਤੇ ਪੈਸੇ ਪਏ ਆ ਪੈਸੇ ਪਏ ਆ ਸੋ ਇਦਾਂ ਹੀ ਇਹਨਾਂ ਨੇ ਇਹ ਜਿਹੜੇ 50 ਰੁਪਏ ਆ ਨਾ ਇਹ ਰੱਖ ਲਿਆ ਕਿ ਤੁਸੀਂ ਜਦੋਂ ਵੀ ਇਹ ਬੋਤਲ ਵਾਪਸ ਕਰੋਗੇ ਤੇ ਤੁਹਾਡੀ ਸਿਕਿਉਰਿਟੀ ਤੁਹਾਨੂੰ ਵਾਪਸ ਮਿਲ ਜੇ ਮਤਲਬ ਹੁਣ ਸਾਨੂੰ ਸੜਕਾਂ ਤੇ ਜਾਂ ਆਪਣੇ ਆਲੇ-ਦੁਆਲੇ ਪਲਾਸਟਿਕ ਦੀਆਂ ਬੋਤਲਾਂ ਜਾਂ ਹੋਰ ਪਲਾਸਟਿਕ ਦੀਆਂ ਚੀਜ਼ਾਂ ਆਉਣ ਵਾਲੇ ਸਮੇਂ ਤੇ ਘਟਾ ਦਿਖਣਗੀਆਂ ਤੇ ਇਹ ਜਿਹੜਾ ਆ ਪ੍ਰਦੂਸ਼ਣ ਆ ਘਟਣ ਦੀ ਗਿਣਤੀ ਦੇ ਵਿੱਚ ਆ ਮਤਲਬ ਘਟੂਗਾ ਹੁਣ ਨਹੀਂ ਇਹ ਪੋਪੂਲੇਸ਼ਨ ਵਾ ਵਾ ਲੈ ਨਹੀਂ ਕਰ ਦਿੱਤੀ ਆ ਤੇ ਆਪਾਂ ਵੀ ਜੇ ਸਾਰੇ ਆਪਾਂ ਪ ਇਦਾਂ ਤੇ ਬਹੁਤ ਵਧੀਆ ਗੱਲ ਹੋ ਜੂਗੀ ਬਿਲਕੁਲ ਕਮਾਲ ਹੋ ਜੂਗਾ ਇੱਕ ਇੱਕ ਪਿੰਡ ਆ ਇਥੇ ਆਪਣੇ ਪੰਜਾਬ ਦੇ ਵਿੱਚ ਜੀ ਮੋਗੇਵਾਲ ਦਾ ਪਿੰਡ ਆ ਉਸ ਪਿੰਡ ਦੀ ਪੰਚਾਇਤ ਨੇ ਵੀ ਇਹ ਕੰਮ ਕੀਤਾ ਉਹ ਕਹਿੰਦੇ ਵੀ ਤੁਸੀਂ ਆਪਣਾ ਕੂੜਾ ਲਿਆਓ ਸਾਨੂੰ ਦਿਓ ਇਦਾਂ ਦਾ ਜੋ ਰਹਿਦ ਖੁੰਝੀ ਹੈਗੀ ਆ ਤੇ ਉਹਦੇ ਵਿੱਚ ਤੁਹਾਨੂੰ ਉਹ ਕਦੇ ਕੋਈ ਖੰਡ ਜਾਂ ਕੋਈ ਪੱਤੀ ਉਹ ਇਦਾਂ ਦਿੰਦੇ ਇਹ ਵੀ ਪ੍ਰਦੂਸ਼ਣ ਰੋਕਣ ਦੇ ਵਾਸਤੇ ਇੱਕ ਕਾਰਗਰਿਆ ਪੰਚਾਇਤਾਂ ਨੂੰ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ ਜੀ ਬਿਲਕੁਲ ਬਹੁਤ ਵਧੀਆ ਤੇ ਆਪਾਂ ਹੁਣ ਅਖਬਾਰਾਂ ਦੀਆਂ ਅਗਲੀਆਂ ਖਬਰਾਂ ਤੇ ਜੇਕਰ ਨਜ਼ਰ ਮਾਰੀਏ ਇੱਕ ਖਬਰ ਹੋਰ ਮੇਰੇ ਅੱਖਾਂ ਦੇ ਵਿੱਚ ਪਈ ਨਜ਼ਰੀ ਪਈ ਔਰ ਇਹ ਜਿਹੜੀ ਖਬਰ ਹੈ ਉਹ ਇਹ ਹੈ ਕਿ ਕਿਸੇ ਬੱਚੇ ਨੇ ਹੋਮਵਰਕ ਨੂੰ ਲੈ ਕੇ ਧਰਨਾ ਦਿੱਤਾ ਕਹਿੰਦੇ ਹੋਮਵਰਕ ਸਾਨੂੰ ਛੁੱਟੀਆਂ 'ਚ ਨਾ ਦਿਆ ਕਰੋ ਸਾਨੂੰ ਖੇਡਣ ਮੱਲਣ ਦਿਓ ਅੱਛਾ ਜੀ ਹਾਂ ਬਿਲਕੁਲ ਸਹੀ ਹੈ ਵੈਸੇ ਹੋਮਵਰਕ ਜਦੋਂ ਆਪਾਂ ਦੇਖਦੇ ਹੁੰਦੇ ਸੀ ਛੁੱਟੀਆਂ ਹੁੰਦੀਆਂ ਤੇ ਪਹਿਲਾਂ ਆਂਦਿਆਂ ਸਾਰ ਲੱਗ ਪੈਣਾ ਵੀ ਪਹਿਲਾਂ ਕਾਪੀਆਂ ਕਾਲੀਆਂ ਕਰ ਲਈਏ ਭਰ ਲਈਏ ਫਿਰ ਜਾ ਕੇ ਨਾਨੀ ਘਰ ਜਾਣ ਦਾ ਮੌਕਾ ਮਿਲਣਾ ਤੇ ਉੱਥੇ ਜਾ ਕੇ ਨਾਨੀ ਦੇ ਬਣਾਏ ਜਿਹੜੇ ਬਿਸਕਟ ਹੁੰਦੇ ਆ ਉਹ ਖਾਣ ਦਾ ਮੌਕਾ ਮਿਲਣਾ ਵੈਸੇ ਇਹ ਕਿਹੜਾ ਹੋਮਵਰਕ ਹੈ ਨਾ ਅਸਲ ਦੇ ਵਿੱਚ ਇਹ ਯੂਰਪ ਦੇ ਸਕੂਲਾਂ ਦੇ ਵਿੱਚ ਬ अच्छा जी ਤੇ ਸਾਡੇ ਬੱਚਿਆਂ ਨੂੰ ਵਿਚਾਰਿਆਂ ਨੂੰ ਸ਼ੁਰੂ ਤੋਂ ਹੀ ਸਜ਼ਾ ਮਿਲ ਜਾਂਦੀ ਹੈ ਹਜੇ ਤੱਕ ਮਿਲ ਰਹੀ ਹੈ ਮਿਲ ਰਹੀ ਹੈ ਔਰ ਪਤਾ ਨਹੀਂ ਕਦੋਂ ਤੱਕ ਮਿਲਦੀ ਰਹਿਣੀ ਹੈ ਔਰ ਇਹ ਰਾਜਸਥਾਨ ਦੇ ਜੁੰਜ ਨੂੰ ਦੇ ਵਿੱਚ ਇਸ ਬੱਚੇ ਨੇ ਕਲੈਕਟਰ ਸਾਹਿਬ ਦੇ ਆਫਿਸ ਦੇ ਬਾਹਰ ਧਰਨਾ ਲਗਾ ਤਾਂ ਉੱਥੇ ਬੈਠ ਕੇ ਹੋਮਵਰਕ ਕਰਦਾ ਹੈ ਅੱਛਾ ਜੀ ਨਾਲ ਉਹਦੀ ਮਾਂ ਵੀ ਬੈਠੀ ਹੈ ਵਿਚਾਰੀ ਹੁਣ ਦੇਖੋ ਕਦੋਂ ਕਲੈਕਟਰ ਸਾਹਿਬ ਉੱਥੇ ਜਾਂਦੇ ਆ ਉਸ ਬੱਚੇ ਨੂੰ ਕਹਿੰਦੇ ਆ ਔਰ ਸਕੂਲ ਵਾਲਿਆਂ ਨਾਲ ਗੱਲਬਾਤ ਕਰਦੇ ਆ ਕਿ ਸਕੂਲਾਂ ਦੇ ਵਿੱਚ ਜਿਕਰ ਇਹ ਕਿਤਾਬਾਂ ਦਾ ਬੋਝ ਬਸਤਿਆਂ ਦਾ ਬੋਝ ਇਹ ਹਟਾ ਦਿੱਤਾ ਜਾਵੇ ਕਿਉਂਕਿ ਪੀਜੀਆਈ ਦੀ ਇੱਕ ਰਿਪੋਰਟ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਰੀਡ ਦੀ ਹੱਡੀ ਦਾ ਟੇਡਾਪਨ ਹੋ ਜਾਂਦਾ ਜਾਂ ਉਹਨਾਂ ਦੇ ਮੁੱਢੇ ਦੁਖਦੇ ਆ ਇਹ ਭਾਰੇ ਬਸਤਿਆਂ ਕਰਕੇ ਆ ਪਤਾ ਨਹੀਂ ਇੱਕਦੋਂ ਬੋਝ ਜਿਹੜਾ ਹਟੂਗਾ ਤੇ ਬੱਚੇ ਵਿਚਾਰੇ ਸਾਡੇ ਸਿੱਧੇ ਹੋ ਕੇ ਤੁਰ ਲੈਣਗੇ ਤੇ ਵਿਦੇਸ਼ਾਂ ਵਿੱਚ ਤੇ ਜਿਹੜੇ ਆ ਬੈਗ ਘਰ ਲੈ ਕੇ ਨਹੀਂ ਆਉਣ ਦਿੰਦੇ ਸਕੂਲ ਵਾਲੇ ਆਪ ਹੀ ਰੱਖ ਲੈਂਦੇ ਆ ਸ਼ਾਇਦ ਇਹੀ ਕਾਰਨ ਆ ਜਿਹੜੇ ਉੱਥੋਂ ਦੇ ਬੱਚੇ ਆ ਉਹ ਬਿਮਾਰੀਆਂ ਨਾਲ ਨਹੀਂ ਗ੍ਰਸਤ ਹੋਰੇ ਜਿੱਦਾਂ ਕਿ ਆਪਣੇ ਪੰਜਾਬ ਇੰਡੀਆ ਦੇ ਵਿੱਚ ਉਧਰ ਬੱਚੇ ਚਾਹ ਨਾਲ ਜਾਂਦੇ ਆ ਇਧਰ ਕੁੱਟ ਕੇ ਛੱਡ ਕੇ ਆਉਣੇ ਪੈਂਦੇ ਇਹੀ ਤਾਂ ਫਰਕ ਆ ਔਰ ਉਮਰ ਵੀ ਜਿਹੜੀ ਹੈ 6 ਸਾਲ ਤੋਂ ਬਾਅਦ ਬੱਚੇ ਨੂੰ ਸਕੂਲ ਦੇ ਵਿੱਚ ਲਿਆ ਜਾਂਦਾ ਬਿਲਕੁਲ ਬਿਲਕੁਲ ਸੋ ਇਹ ਇਹ ਜਿਹੜੀਆਂ ਚੀਜ਼ਾਂ ਸਾਨੂੰ ਇਹ ਦੇਖਣੀਆਂ ਸੋਚਣੀਆਂ ਵਿਚਾਰਨੀਆਂ ਪੈਣਗੀਆਂ ਕਿਉਂਕਿ ਜੇਕਰ ਇਦਾਂ ਹੀ ਹੋਊਗੀ ਤੇ ਸਾਡੇ ਬੱਚੇ ਜਿਹੜੇ ਸਕੂਲਾਂ ਤੋਂ ਉਪਰਾਮ ਕਿਉ ਹੋ ਜਾਂਦੇ ਆ ਇਸੇ ਕਰਕੇ ਹੁੰਦੇ ਆ ਔਰ ਕਈ ਵਾਰ ਉਹ 10ਵੀਂ ਤੱਕ ਪਹੁੰਚਦੇ ਪਹੁੰਚਦੇ ਅੱਗੇ ਫਿਰ ਪੜ੍ਹਾਈ ਆਪਣੀ ਜਾਰੀ ਨਹੀਂ ਰੱਖਦੇ ਜਾਰੀ ਨਹੀਂ ਰੱਖਦੇ ਬਿਲਕੁਲ ਹੁਣ ਦੇਖੋ ਖਬਰਾਂ ਤੇ ਹੋਰ ਵੀ ਸੀਗੀਆਂ ਪਰ ਜਿਹੜਾ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਘੜੀ ਹੁਣ ਕਹਿੰਦੀ ਹੈ ਕਿ ਲੈ ਲਈਏ ਆਪਾਂ ਅਲਵਿਦਾ ਬਿਲਕੁਲ ਜੀ ਬਿਲਕੁਲ ਜੀ ਦਰਸ਼ਕੋ ਆਪਾਂ ਫੇਰ ਮਿਲਾਂਗੇ ਇਸੇ ਹੀ ਪ੍ਰੋਗਰਾਮ ਦੇ ਵਿੱਚ ਫਿਲਹਾਲ ਮੈਨੂੰ ਪਰਮਵੀਰ ਨੂੰ ਤੇ ਮੇਰੇ ਚਾਰਾਂ ਚੀਜ਼ ਜੋਗ ਨੂੰ ਦੇ ਦਿਓ ਇਜਾਜ਼ਤ ਸ਼ੁਕਰੀਆ ਸ਼ੁਕਰੀਆ